ਅੱਜ ਮੈਂ ਤੁਹਾਡੇ ਵਾਸਤੇ ਬੇਗ ਸਟੱਡ ਫਾਰਮ ਜਿਹੜਾ ਕਿ ਬਹਿਰੀਆ ਟਾਊਨ ਦੇ ਬਿਲਕੁਲ ਨਾਲ ਹੈ, ਮੁਲਤਾਨ ਰੋਡ ਤੋਂ ਵੀ ਰਸਤਾ ਜਿਹੜਾ ਉਹ ਜਾਂਦਾ ਹੈ, ਅਤੇ ਅੱਜ ਮੈਂ ਤੁਹਾਡੇ ਵਾਸਤੇ ਉੱਥੇ ਆਇਆ ਅਤੇ ਮੋਟਰਸਾਈਕਲ ਦੇ ਉੱਤੇ ਆਇਆ, ਪਰ ਮੋਟਰਸਾਈਕਲ 'ਤੇ ਚਲਾਉਂਦਾ ਚਲਾਉਂਦਾ ਮੇਰੇ ਜਿਹੜੇ ਨਾ ਪੱਟ ਅਤੇ ਬਸ ਉਹ ਜਵਾਬ ਦੇ ਗਏ ਨੇ, ਪਰ ਫਿਰ ਵੀ ਮੈਂ ਜਿਹੜਾ ਨਾ ਮੋਟਰਸਾਈਕਲ ਤਸੀ ਆਇਆ ਮੈਂ ਨਹੀਂ, ਹੁਣ ਜਾ ਤਾਂ ਵਿਚਕਾਰੋਂ ਪਿੱਛਾ ਘਰੇ ਮੁੜਿਆ ਅਤੇ ਮੈਂ ਕੋਣੀ ਅਤੇ ਸੱਜਣਾ ਨੂੰ ਵੀਡੀਓ ਨਹੀਂ ਜਾਣੀ, ਅਤੇ ਸੱਜਣਾ ਨੇ ਘੋੜੇ ਸੋਹਣੇ ਤੱਕਣੇ ਨਹੀਂ ਨੇ, ਅਤੇ ਫਿਰ ਇਹ ਗੱਲ ਤਾਂ ਮਾੜੀ ਹੈ ਨਾ ਨਵਾਜ਼ ਮੰਮਦਾ, ਮੈਂ ਕਿਹਾ ਤੂੰ ਹੁਣ ਅੱਖਾਂ ਮੀਚ ਕੇ ਜਿਹੜਾ ਨਾ ਇਹਦਾ ਲਗਿਆ ਜਾ, ਅਤੇ ਅੱਲਾ ਖੈਰ ਕਰੇਗਾ ਜਨਾਬ, ਅਤੇ ਅੱਜ ਤੁਹਾਨੂੰ ਮੈਂ ਵਿਖਾਉਣ ਲੱਗਿਆ ਬੜੇ ਸੋਹਣੇ ਇਹਨਾਂ ਦੇ ਕੋਲ ਘੋੜੇ ਖਲੇ ਨੇ ਅਤੇ ਬਲੱਡ ਵੀ ਅੱਛਾ ਹੈ, ਅਤੇ ਮਾਲਕਾਂ ਕੋਲੋਂ ਮੈਂ ਇਜਾਜ਼ਤ ਲਈ ਅਤੇ ਅੱਲਾ ਤਾਲਾ ਉਹਨਾਂ ਨੂੰ ਸਿਹਤ ਦੇਵੇ ਅਤੇ ਤੰਦਰੁਸਤੀ ਨਾਲ ਨਵਾਜ਼ੇ, ਜਿਨ੍ਹਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ ਕਿ ਨਵਾਜ਼ ਭਾਈ ਤੁਸੀਂ ਕੋਈ ਗੱਲ ਨਹੀਂ ਵੀਡੀਓ ਬਣਾ ਲਓ, ਸਾਡੀ ਖਿਦਮਾਤ ਹਾਜ਼ਰ ਨੇ, ਅੱਲਾ ਪਾਕ ਉਹਨਾਂ ਨੂੰ ਵੀ ਸਿਹਤ ਦੇਵੇ ਅਤੇ ਦਿਨ ਰਾਤ ਇਹਨਾਂ ਜੋ ਤਰੱਕੀ ਕਰਦੇ ਪਏ ਨੇ, ਜੋ ਫਾਰਮਿੰਗ ਬੱਚਿਆਂ ਦੀ ਕਰ ਰਹੇ ਨੇ, ਅੱਲਾ ਪਾਕ ਇਹਦੇ 'ਚ ਬਰਕਤ ਪਾਵੇ। ਅਤੇ ਲਓ ਜੀ, ਅੱਜ ਜਿਹੜਾ ਹੈਗਾ ਤੁਹਾਨੂੰ ਬੇਗ ਸਟੱਡ ਫਾਰਮ ਦੇ ਉੱਤੇ ਪਹਿਲੇ ਇਹ ਵਿਖਾਉਣਾ ਬੱਚੇ, ਅਤੇ ਇਹਨਾਂ ਦੀਆਂ ਉਮਰਾਂ ਦੇ ਬਾਰੇ ਵੀ ਵਿਖਾਵਾਂਗੇ ਅਤੇ ਗੱਲਾਂ ਬਾਤਾਂ ਵੀ ਬਹੁਤ ਕਰਾਂਗੇ ਇਨਸ਼ਾਅੱਲਾ ਤਾਲਾ। ਅਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕਰਨੀ ਹੈ, ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ, ਕਿਉਂਕਿ ਸਾਡਾ ਮੁਕਾਬਲਾ ਇਨਸ਼ਾਅੱਲਾ ਤਾਲਾ ਇਹ, ਅਤੇ ਦਿਲ ਦੇ ਵਿੱਚ ਤਹੀਆ ਮੇਰੇ ਵੀਰੋ ਇਹ ਕਰਨਾ ਕਿ ਅਸੀਂ ਆਪਣੇ ਪੰਜਾਬ ਦੀ ਜਿਹੜੀ ਪਹਿਚਾਣ ਹੈ, ਜਿਹੜੀ ਸਖਾਵਤ ਹੈ, ਇਹ ਜਿਹੜੀ ਇਹ ਉਜਾਗਰ ਕਰਨੀ ਹੈ, ਅਤੇ ਅਸੀਂ ਦੂਜੇ ਮੁਲਕਾਂ ਨੂੰ ਵੀ ਦੱਸਣਾ ਕਿ ਅਸੀਂ ਵੀ ਕੋਈ ਘੱਟ ਨਹੀਂ, ਸਾਡੇ ਕੋਲ ਵੀ ਉਹ ਜਾਨਵਰ ਹੈਗੇ ਨੇ, ਤੁਸੀਂ ਬੜਾ ਮਾੜਵਾੜੀ ਕਰਦੇ ਜੇ, ਪੂਰੀ ਯੂਟਿਊਬ ਦੇ ਉੱਤੇ ਉਹ ਰੌਲਾ ਪਾਇਆ ਹੋਇਆ, ਅਤੇ ਅਸੀਂ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਕੀ ਹੈ, ਅਤੇ ਆਓ ਵੇਖੋ ਜੇ ਅਗਰ ਕੋਈ ਇੰਡੀਆ ਵਾਲਾ ਵੇਖਦਾ ਪਿਆ ਤਾਂ ਵੇਖੋ ਵੀ ਸਾਡੇ ਕੋਲ ਕੀ ਹੈ ਅਤੇ ਤੁਹਾਡੇ ਕੋਲ ਕੀ ਹੈ। ਤਾਂ ਚਲੋ ਜੀ, ਵੀਡੀਓ ਸ਼ੁਰੂ ਕਰਦੇ ਹਾਂ ਜਨਾਬ। ਲਓ ਜੀ, ਮਾਸ਼ਾਅੱਲਾ ਤੁਸੀਂ ਬੱਚਾ ਵੇਖੋ, ਅਤੇ ਆਪਣੇ ਨਾਮ ਨਾਲ ਮੁੰਡਾ ਹੈਗਾ, ਕੀ ਨਾਂ ਤੁਹਾਡਾ? ਅਲੀ। ਲਓ ਜੀ, ਅਲੀ ਮੁੰਡਾ ਜੀ ਇੱਥੇ, ਅਤੇ ਮਾਸ਼ਾਅੱਲਾ ਇਹ ਦੱਸੇਗਾ ਆਪਾਂ ਨੂੰ, ਸਵਾਲ ਸਵੂਲ ਵੀ ਦੱਸੇਗਾ। ਪਹਿਲਾਂ ਮੈਂ ਤੁਹਾਨੂੰ ਵਿਖਾਉਣਾ ਜੀ, ਜਾਨਵਰ ਵਿਖਾਉਣਾ, ਪਿੱਛੋਂ ਵਿਖਾਉਣਾ, ਠੀਕ ਹੋ ਗਿਆ? ਵਛੇਰੀ ਹੈ, ਦੋਵੇਂ ਵਛੇਰੀਆਂ ਨੇ। ਅਤੇ ਲਓ ਜੀ ਅਲੀ, ਜ਼ਰਾ ਦੱਸੀ, ਜ਼ਰਾ ਇੱਥੇ ਆਈ ਘੋੜੀ ਦੇ ਕੋਲ ਥੋੜ੍ਹਾ ਜਿਹਾ, ਮੈਂ ਤੇਰੇ ਕੋਲ ਪੁੱਛਾਂਗਾ, ਦੀ ਉਮਰ ਹੀ ਪੁੱਛਾਂਗਾ, ਹੋਰ ਤੇਰੇ ਕੋਲ ਕੀ ਪੁੱਛਣਾ। ਅੱਛਾ ਅਲੀ, ਤੇਰਾ ਨਾਂ ਇਹ ਤਾਂ ਤੂੰ ਆਪੇ ਦੱਸ ਦਿੱਤਾ ਕਿ ਮੇਰਾ ਨਾਂ ਅਲੀ ਹੈ। ਅਲੀ, ਇਹ ਜਿਹੜੀ ਵਛੇਰੀ ਹੈਗੀ ਹੈ, ਇਹ ਆ ਜਿਹੜੀ ਪਿੱਛੇ ਜਾਂਦੀ ਪਈ ਹੈ, ਇਹਦੀ ਉਮਰ ਕਿੰਨੀ ਹੈ? ਤਕਰੀਬਨ ਜੀ ਇਹਦੀ 21 ਸਾਲ ਉਮਰ ਹੈ। 21 ਸਾਲ ਜੀ? ਹਾਂ, ਇਹਦੀ 1 ਸਾਲ ਹੈ, ਤੂੰ ਦੀ 8 ਮਹੀਨੇ ਛੋਟੀ ਦੀ, ਜਿਹੜੀ ਛੋਟੀ ਉਹ ਨਾਲ ਜਾਂਦੀ ਪਈ ਸੱਜੇ ਹੱਥ ਜੀ ਜੀ, ਇਹਦੀ 8 ਮਹੀਨੇ, ਔਰ ਇਹ ਜੋ ਬੜੀ ਹੈ ਇਸਕੀ ਤਕਰੀਬਨ ਸਾਲ ਹੈ, ਇਹਦੀ ਸਾਲ ਹੈ ਜੀ। ਹਾਂ, ਅੱਛਾ, ਅਤੇ ਇਹ ਜਿਹੜਾ ਹੈਗਾ ਇਹਦਾ ਕੋਈ ਬਲੱਡ ਬਲੁੱਡ ਦਾ ਦੱਸ ਵੀ ਇਹ ਕਿਹੜੀ ਨਸਲ ਹੈਗੀ ਹੈ ਦੋਵਾਂ ਦੀ? ਜੀ ਇਹ ਪਿਓਰ ਇੰਗਲਿਸ਼ ਹੈ ਦੋਨੋਂ। ਅੱਛਾ, ਪਿਓਰ ਦੋਨੋਂ ਇੰਗਲਿਸ਼ ਹੈਗੀਆਂ ਨੇ, ਇੰਗਲਿਸ਼ ਹੈ, ਠੀਕ ਹੈ। ਅਤੇ ਇਹਦਾ ਜਿਹੜਾ ਹੈਗਾ ਇਹ ਫਾਰਮਿੰਗ ਜਿਹੜੀ ਇਹ ਕਰਦੇ ਪਏ ਨੇ ਜੀ, ਜੀ ਇਹ ਰੇਸ ਵਾਸਤੇ ਇਸਤੇਮਾਲ ਹੋਣੀਆਂ ਨੇ ਕਿ ਅੱਗੇ ਇਹ ਵੀ ਫਾਰਮਿੰਗ ਵਾਸਤੇ ਇਸਤੇਮਾਲ, ਇਹਦੇ ਕੋਲ ਵੀ ਬੱਚੇ ਹੀ ਲੈਣੇ ਨੇ? ਪਹਿਲੇ ਇਨਕੀ ਰੇਸ ਹੋਗੀ, ਜਬ ਇਹ ਰੇਸ ਜਿੱਤ ਜਾਏਗੀ ਨਾ, ਉਨਕੇ ਬਾਅਦ ਫਿਰ ਇਨਕੀ ਫਾਰਮਿੰਗ ਹੋਏਗੀ। ਫਿਰ ਇਨਕੀ ਫਾਰਮਿੰਗ ਹੋਏਗੀ ਜੀ, ਜੀ, ਠੀਕ ਹੈ। ਅਤੇ ਇਹ ਜਿਹੜਾ ਹੈਗਾ ਇਹ ਜਿਹੜੀ ਵੱਡੀ ਹੈਗੀ ਹੈ ਜੀ, ਜੀ, ਅੱਜ ਇਹਦੇ ਉੱਤੇ ਲਿਖਿਆ BS19 ਜੀ, ਠੀਕ ਹੈ। ਇਹਦਾ ਕੋਈ ਪਿਓ ਪੂ ਦਾ ਪਤਾ ਵੀ ਇਹਦਾ ਪਿਓ ਕਿਹੜਾ ਸੀ ਜਾਂ ਕਿਹੜੀ ਬਲੱਡ ਲੈਣ ਦੀ ਹੈਗੀ ਹੈ? ਇਹ ਬਈ ਕਿਹੜੇ ਇਹਦੇ ਪਿਓ ਕ੍ਰਾਸ ਕਿਹਦੇ ਕੋਲੋਂ ਕਰਾਈ ਸੀ? ਇਹਦੀ ਮਾਂ ਕੌਣ ਹੈ? ਇਸਕੀ ਮਾਂ ਦਾ ਨਾਮ ਤੋਂ ਨਦਾਮਾ ਹੈ। ਅੱਛਾ, ਦੂਸਰੀ ਵੀਡੀਓ ਮੈਂ ਇਨਸ਼ਾਅੱਲਾ ਬਤਾਉਂਗੇ ਕਿ ਵੋ ਕੌਨ ਸੀ ਗੋੜੀ ਹੈ। ਅੱਛਾ, ਵੋ ਵੀ ਆਪਕੇ ਪਾਸ ਇਧਰ ਫਾਰਮ ਮੇਂ ਹੀ ਹੈ? ਅਭੀ ਫਾਰਮ ਮੇਂ ਹੀ ਹੈ। ਅੱਛਾ, ਕੀ ਨਾਮ ਦਾ? ਨਦਾਮਾ ਜੀ, ਨਦਾਮਾ ਹੈ। ਅੱਛਾ, ਤੇ ਉਹ ਵੀ ਕੋ ਰੇਸਰ ਉਸਾ ਭੱਜੀ ਭੁਜੀ? ਜੀ ਜੀ, ਫੁੱਲ ਵੋ ਵੀ ਇੰਗਲਿਸ਼ ਗੋੜੀ ਹੈ, ਔਰ ਵੋ ਵੀ ਰੇਸ ਜੋ ਹੈ ਨਾ ਵੋ ਜੀਤ ਕੇ ਆਈ ਹੋਈ ਹੈ। ਕਿਧਰ ਸੇ ਰੇਸ ਜੀਤੀ ਸੀ? ਇਧਰ ਲਾਹੌਰ ਮੇਂ ਹੀ, ਸਟਾਰਟ ਮੇਂ ਜੀ ਜੀ, ਠੀਕ ਹੈ। ਰੇਸ ਜੀਤ ਗਈ ਸੀ ਜੀ, ਠੀਕ ਹੈ। ਇਸਕੀ ਮਾਂ ਕਾ ਜੋ ਹੈ ਨਾ ਵੋ ਕਿਤਨੀ ਕੀਮਤ ਹੈ ਉਸਕੀ? ਇਸਕੀ ਮਾਂ ਕੀ ਹੋਗੀ 10-12 ਲੱਖ। ਮਾਸ਼ਾਅੱਲਾ, 10-12 ਲੱਖ ਰੁਪਈਆ। ਲਓ ਜੀ ਦੇਖੋ ਜੀ, ਮਾੜਵਾੜੀ ਵਾਲਿਓ, ਇਹ ਮਾੜਵਾੜੀ ਵਾਲਿਓ, ਤੁਸੀਂ ਜ਼ਰਾ ਦੇਖੋ ਕਿ ਇਹ ਮਾੜਵਾੜੀ ਤੁਹਾਡਾ ਚੰਗਾ ਕਿ ਆ? ਮਾਸ਼ਾਅੱਲਾ, ਨਦਾਮਾ ਦੀਆਂ ਧੀਆਂ ਚੰਗੀਆਂ ਨੇ, ਇਹ ਦੋਵੇਂ ਨਦਾਮਾ ਦੀਆਂ ਧੀਆਂ ਨੇ? ਨਹੀਂ ਜੀ, ਇਹ ਤੁਹਾਡਾ ਜ਼ਰੂਰ ਹੈ।
वो भी फुल इंग्लिश है। वो जो छोटी बच्ची है ना, वो नर और मादी दोनों पैदा हुए थे। वो जो अच्छा नर, एक कुड़ी ने दो हुए सी? जी, नहीं यार, हकीकतन यार आ तो पहली बारी मैं सुनया था। यानी एक कुड़ी नू दो बचे हुए सी, जी, नर और मादी, एक नर ते एक मादी। जी। ये मादी जो थी ये नॉर्मल थी, इसका तो कोई चांस नहीं था बचने का, अच्छा लेकिन ये बच गई और जो नर है ना वो फौत हो गया, मर फौत हो गया। गया। यानी कि नाजरीन वेखो कि वो जड़ी घोड़ी उनकी माँ जड़ी इंग्लिश है जी, और प्योर निक्की इंग्लिश दी, है, निक्की दी घोड़ी दी बिल्कुल। इंग्लिश है। इनका बाप भी एक है, लेकिन उसका नाम मेरे जहन से उतर गया है। अच्छा बाप इन दोनों का एक ही है, अच्छा माएँ अलहदा अलहदा। माँ अलहदा अलहदा। अच्छा यानी कि इनकी माँ ने दो बच्चे दिते सी, जी, एक जड़ी हैगी ये मादी बच वो गई मादी बच गई। ते नर फौत हो हाँ ये मादी है, ये बच गई ते गई। भरा इनका फौत हो गया। जी हाँ, ठीक है लो जी, ये भी थोड़े वास्ते बड़ी अजीब जी खबर है पर है सच्ची है। वो भाई और अली भाई क्योंकि वो इतने ही होंगे ने, उन्होंने तो हूँ मेरे नालों ज़्यादा तो उन्होंने पता है इस जानवरों के बारे में। तो ये दो जुड़वा बच्चे हुए थे जी घोड़ी नू, ते एक जरा फौत हो गया ते ये बच गई। अच्छा इनकी माँ भी इतने हैगी? इनकी माँ भी इतने हैगी जी। ते भाजी ये दस्या जी कि आ जी इस टाइम इन साल उम्र है ए वी, इनका इस टाइम कद किन्ने गिठा बन गई? तकरीबन दस दे, यानी कोई मेरा ख्याल है कोई 6 गिठा तो होनी ने, सात तकरीबन। 7 होनी ने जी गिठा, हाँ, यानी कि हाले साल दी है माशाल्लाह, जी जी ते 7 गिठा ने। जी ते हाँ, जदों ये मुँह 5 बजनी है जी हाँ, तो ये तो बंदे तो उत्तों पहुँच जानी है, बिल्कुल पहुंच जाएगी। पहुँच जाएगी। जी, लो जी जदों इन्हें जवान होना जी, 4 मुँह लगना जना, तो इन्हें माशाल्लाह इनका कद जरा ना बंदे की वो मुंह सिर तो भी पहुंच अगह जाएगी, लग जाना। बिल्कुल। लो जनाब घोड़ियाँ माशाल्लाह वेखो, दोवें बछेरियाँ बहुत सोहनिया बछेरियाँ ने, ते एक तो अंग्रेजी है तो दूजी भी अंग्रेजनी है, ये दोवें अंग्रेजनिया ने। लो जी माशाल्लाह वेखो किडिया सोहनिया ने। ते बेग साहब नू अल्लाह ताला जिंदगी देवे, तंदुरुस्ती देवे, जिन्होंने ये शौक हाले तिकर रख्या होया है। मैनू ये समझ नहीं लगती कि साढ़े पंजाब दे विच मझ नू पाल लेंदे ने जी, ये 2 लाख की विकेगी हैं, नहीं जी, ते बकरी पाल लेंदे ने जी, ते ये घोड़ी नू नहीं पालते, ये पता नहीं इन्हों की है। उंजी साड़ी घोड़ियां दी नस्ल ही मुका दे पैन है। ओ कमले ओ तुसी घोड़ी भी पालो, तुहाड़े विहड़े दे विच 2 शहजादियां परियां फिरदियां होण, हैं किहड़े चक्करां दे विच पै जे तुसी, घोड़ी नू ना पालो। क्यों? अल्लाह सोहणे ने फरमाया कि मैं इहदी पछानी दे विच रहमत रख दित्ती है, हैं बरकत रख दित्ती है। तो फिर यार तुसी गाजी दा लकब दिता होया ते एडियां सोहणियां चीज़ां ने तुसी फार्मिंग नहीं करते, हालांकि बेग साहब इतने फार्मिंग करते पे ने, तो बच्चे आ वेखो किडे किडे तबाही दे बच्चे हैं, माड़वाड़ी दे सिर दे विच मारदे ने, माड़वाड़ी माड़वाड़ी इको ही वो पुठे कन्ना वाला लई फिरदे ने। तो वेखो साढ़े पंजाब दे विच माशाल्लाह की ने मूर्तां ही फिरदियां ने जिवें परियां होवन। लो जी माशाल्लाह बहुत सोहणी जी, एक साल धौला लै तुहानूं पैर मैं विखाना घोड़ी दे, तुसी जरा बच्चों के पैर भी वेखो माशाल्लाह किडे सोहणे पैर ने, गोल मटोल है जिवें दौड़ियां दे पैर होंदे ने। लो जी मौत बहुत ही माशाल्लाह अच्छी चीज़ जे, अल्लाह पाक जी इन्हां दी भी बच्चों की भी जिंदगी करे। और ए वेखो माशाल्लाह लाल तलियारे पाए हुए ने, माशाल्लाह खुली जगह है। ते ये जड़ा है, अच्छा मैंने ये दसी भी इनकी मैं उम्र भुल गया, निक्की दी उम्र किनी दसी तकरीबन सी? 8 महीने है अच्छा वो साल दी है ते 8 महीनों दी जी, है। कोई 2-3 माह के फर्क अच्छा ते इन्हें पैर दो ते की बलेटे आ जाना, ये इसको इधर चोट लगी है, इस वजह से इसको पट्टी की हुई है। ये कोई इतने रगड़ रुगड़ जी 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 इन्हें? अच्छा उ तो पैर पूर तो सही ला दी है। जी बिल्कुल ठीक है। वो वैसे थोड़ी सी सोजिश हो गई थी ना। अच्छा अच्छा भाजी तुसी मैंने पहले ये दसो, अगर बंदा हुण ये तो मैं किसी दिन रिक्वेस्ट करांगा बेग साहब तो कि बेग साहब सानू कोई इंटरव्यू दियो फार्मिंग बारे, जी हाँ, कि बंदा फार्मिंग इंदी करे पाकिस्तान दे विच करे तो किवें करे, किस किस चीज़ों का ख्याल रखना पैंदा है फार्मिंग करने वास्ते, ताकि चंगी चंगी नस्लां चंगे चंगे घोड़े जड़े ने वो बिल्कुल पाकिस्तान का भी नाम बुलंद करन। बिल्कुल हैं जी क्यों जी नहीं हो सकता? इंडिया, क्रिकेटर क्रिकेटर आ जाता है, हाकी का आ जाता, बॉक्सिंग का आ जाता है, बिल्कुल मुर्गियां पाल लेंदे ने यार, वो जो मुर्गे ने वो पाल लेंदे ने लड़न वाले, जी, असील मुर्गे, जी असील मुर्गे पाल लेंदे ने। हाँ, इनू यार की है, की कहंदी की है, हैं ये बहुत ही कीमती जानवर है, बहुत कीमती जानवर है। बिल्कुल ओए अल्लाह दे बंदे हो और मेरे भरावो पाकिस्तान दे बंदे हो, हैं
ਐਵੇਂ ਨਾ ਕਰੋ ਜੇ ਅੱਲਾ ਨੇ ਤੁਹਾਨੂੰ ਤਾਕਤ ਦਿੱਤੀ ਹੈ, ਜ਼ਮੀਨ ਦਿੱਤੀ ਹੈ, ਪੈਸਾ ਦਿੱਤਾ ਅਤੇ ਇਹਦੀ ਫਾਰਮਿੰਗ ਕਰੋ ਯਾਰ। ਫਾਰਮਿੰਗ ਕਰੋ ਅਤੇ ਸੋਹਣੀਆਂ ਸੋਹਣੀਆਂ ਪਰੀਆਂ ਕੱਢੋ ਅਤੇ ਜਿਹੜੀਆਂ ਸਾਡੇ ਪਾਕਿਸਤਾਨ ਦੇ ਵਿੱਚ ਅਸੀਂ ਟੁਰਨ ਅਤੇ ਅਗਲੇ ਕਹਾਂ ਨਹੀਂ ਪਾਕਿਸਤਾਨੀ 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 ਹੈਂ। ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਜੀ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏਗਾ ਮੇਰੇ ਭਰਾਵਾਂ ਨੂੰ, ਮੇਰੇ ਦੋਸਤਾਂ ਨੂੰ। ਅਤੇ ਮਾਸ਼ਾਅੱਲਾ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਨਾ ਉਹ ਮੂਰਤਾਂ ਤੁਹਾਡੇ ਵਾਸਤੇ ਮੈਂ ਲਿਆਉਂਦਾ ਰਹਾਂਗਾ ਜਨਾਬ। ਅਤੇ ਆਹ ਵੇਖੋ ਮਾਸ਼ਾਅੱਲਾ ਦੋਵੇਂ ਕਿੱਡਾ ਖਲੂਸ ਪਿਆਰ ਹੈ ਅਤੇ ਜਵੀ ਖਾਂਦੀਆਂ ਪਈਆਂ ਜੀ। ਅੱਛਾ ਭਾਅ ਜੀ ਇਹਦਾ ਜਿਹੜਾ ਤੁਸੀਂ ਇਹ ਦੱਸੋ ਕਿ ਇਹ ਜਵੀ ਤੋਂ ਇਲਾਵਾ ਕੀ ਕੀ ਇਹਨੂੰ ਪਾਉਂਦੇ ਜੀ? ਜੀ ਸੁਬਹ ਸਾਬਤ ਲੂਸਣ ਪੈਂਦੇ ਹਾਂ ਹਾਂ, ਅਤੇ ਪਹਿਲੇ ਟਾਈਮ ਉਸ ਤੋਂ ਬਾਅਦ ਲੂਸਣ ਅਤੇ ਜਵਾ ਲੂਸਣ ਅਤੇ ਜਵਾ ਜੀ ਪਿਛਲੇ ਟਾਈਮ ਕੁਤਰਾ ਕੁਤਰਾ। ਅਤੇ ਇਹ ਬਸ ਇੱਥੇ ਹੀ ਇਹਨਾਂ ਦੀ ਟਰਾਈਟਰੀ ਹੁੰਦੀ ਰਹਿੰਦੀ ਹੋਵੇਗੀ ਆ ਪਲਾਟ ਦੇ ਵਿੱਚ ਖੁੱਲ੍ਹੇ ਹੀ ਹੈ ਨਾ ਤਕਰੀਬਨ ਜਦੋਂ ਹੋਰ ਆਉਣਾ ਨਾ ਅਗਲੇ ਸਾਲ ਯਾਨੀ ਹਾਂ ਦੋ ਤਿੰਨ ਸਾਲ ਹੋ ਕੇ ਫਿਰ ਇਹ ਰੇਸ ਜਾ ਸਨ ਇਹ ਤੱਕ ਇਹਨਾਂ ਨੂੰ ਕਿਸੇ ਪੁੱਛਣਾ ਨਹੀਂ। ਬਿਲਕੁਲ ਸਹੀ ਜੀ, ਯਾਨੀ ਕਿ ਬਸ ਪਲਦੀਆਂ ਪਈਆਂ ਨੇ ਇਹਨਾਂ ਦਾ ਇਮਤਿਹਾਨ ਉਦੋਂ ਹੀ ਹੈ ਇਹਦੇ ਪੈਨ ਆਜ਼ਾਦ ਹੈ ਯਾਨੀ ਇਮਤਿਹਾਨ ਜਦੋਂ ਇਹਨਾਂ ਨੇ ਪਾਸ ਕੀਤਾ ਨਾ ਉਸ ਤੋਂ ਬਾਅਦ ਫਿਰ ਇਹ ਫਿਰ ਫਾਰਮਿੰਗ 'ਚ ਆ ਜਾਣਗੀਆਂ। ਬਿਲਕੁਲ ਠੀਕ ਹੈ। ਮੋਤੀ ਦਿਓ ਤੇ ਬੇਗ ਸਾਹਿਬ ਦੇ ਦਿੰਦੇ ਨੇ, ਕਿਉਂਕਿ ਨਹੀਂ ਦੇ ਦਿੰਦੇ ਨੇ ਜੀ। ਲਓ ਜੀ ਬੇਗ ਸਾਹਿਬ ਦਾ ਵੀ ਨੰਬਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਜਿਹੜਾ ਹੈਗਾ ਨਾ ਮਾਸ਼ਾਅੱਲਾ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਜੇ ਕਿ ਜੋ ਵੀ ਰਿਕੁਐਸਟ ਤੁਸੀਂ ਕਰਨੀ ਹੋਵੇ ਕੋਈ ਮਸ਼ਵਰਾ ਲੈਣਾ ਹੋਵੇ ਤੋ ਇਨਸ਼ਾਅੱਲਾ ਤਾਲਾ ਫਾਰਮਿੰਗ ਦੇ ਉੱਤੇ ਉਹਨਾਂ ਦਾ ਬਹੁਤ ਵਸੀ ਤਜਰਬਾ ਹੈ ਔਰ ਮੇਰਾ ਦਿਲ ਬਹੁਤ ਖੁਸ਼ ਹੋਇਆ ਜੋ ਉਹ ਕੰਮ ਕਰਦੇ ਪਏ ਨੇ। ਅੱਲਾ ਤਾਲਾ ਉਹਨਾਂ ਨੂੰ ਸਿਹਤ ਦੇਵੇ ਔਰ ਇਹ ਬੇਜ਼ੁਬਾਨ ਦੀਆਂ ਦੁਆਵਾਂ ਨੇ ਇਹ ਬੇਜ਼ੁਬਾਨ ਦੀਆਂ ਦੁਆਵਾਂ ਨੇ ਰਾਇਗਾ ਨਹੀਂ ਜਾਂਦੀਆਂ ਜਿਹੜੀ ਉਹ ਖਿਦਮਤ ਕਰਦੇ ਪਏ ਨੇ ਗਾਜ਼ੀ ਮਰਦ ਦੀ ਔਰ ਇਹ ਜਾਨਵਰਾਂ ਦੀ ਜੀ। ਸੁਬਹਾਨ ਅੱਲਾ ਜਨਾਬ। ਅਤੇ ਮੇਰਾ ਵੀਰ ਜੇਕਰ ਵੀਡੀਓ ਅੱਛੀ ਲੱਗੀ ਹੋਵੇ ਅਤੇ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਆ ਜੇ ਸ਼ੇਅਰ ਕਰਿਆ ਜੇ ਅਤੇ ਤਾਂ ਕਿ ਜ਼ਿਆਦਾ ਲੋਕਾਂ ਕੋਲ ਇਹ ਜਾਵੇ ਅਤੇ ਜ਼ਿਆਦਾ ਲੋਕਾਂ ਨੂੰ ਸ਼ੌਕ ਪਵੇ ਕਿ ਮੁਰਗੇ ਪਾਲਦੇ ਜੇ ਘੋੜੀ ਵੀ ਪਾਲੋ। ਫਾਰਮਿੰਗ ਕਰੋ, ਫਾਰਮਿੰਗ ਤੋਂ ਨਾ ਡਰੋ, ਇਹਨੇ ਫਾਰਮਿੰਗ ਕਰੋ। ਬੇਗ ਸਾਹਿਬ ਫਾਰਮਿੰਗ ਕਰਦੇ ਪਏ ਨੇ, ਇਹ ਵੇਖੋ ਮਾਸ਼ਾਅੱਲਾ ਤੁਸੀਂ ਵੀ ਫਾਰਮਿੰਗ ਕਰੋ। ਇਹ ਜਿਹੜਾ ਹੈਗਾ ਇਹ ਲੈਂਡ ਕਰੂਜ਼ਰ ਤੋਂ ਵੱਧ ਇਹਦਾ ਮਜ਼ਾ ਜੇ, ਕਾਰ 'ਤੇ ਬਹਿ ਜਾਂਦੇ ਜੇ ਅਤੇ ਮਾਸ਼ਾਅੱਲਾ ਕਾਰ ਵੀ ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ ਪਰ ਕਾਰ ਦੀ ਸੀਟ ਅਤੇ ਘੋੜੇ ਦੀ ਪੀਠ ਇਹ ਤੁਹਾਨੂੰ ਦੱਸੇਗੀ ਜਦੋਂ ਤੁਸੀਂ ਇਹਦੇ ਉੱਤੇ ਬਹੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਲੈਂਡ ਕਰੋਜ਼ਰ ਦੀ ਸੀਟ ਚੰਗੀ ਹੈ ਕਿ ਘੋੜੇ ਦੀ ਸੀਟ ਚੰਗੀ ਹੈ। ਲਓ ਜੀ ਇਜਾਜ਼ਤ ਚਾਹਨਾ ਜਨਾਬ ਅਤੇ ਇਨਸ਼ਾਅੱਲਾ ਤਾਲਾ ਨਵੀਂ ਵੀਡੀਓ ਦੇ ਵਿੱਚ ਜੀ ਫਿਰ ਮੁਲਾਕਾਤ ਹੋਵੇਗੀ ਅਤੇ ਇਜਾਜ਼ਤ ਚਾਹਨਾ ਜੀ। ਅੱਲਾ ਹਾਫਿਜ਼ ਜੀ।